ਗੁਰੂ ਸਾਹਿਬ ਜੀ ਨਵਾਜ ਜੀ, ਪਿਆਰੀ ਸਾਧ ਸੰਗਤ ਜੀ, ਆਓ ਆਪਾਂ ਗੁਰੂ ਦਸਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪੜ੍ਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ਼੍ਰੀ ਦਰਬਾਰ ਕਰਤਾਰਪੁਰ ਸਾਹਿਬ ਤੋਂ ਕਰਿਸ਼ਮਾ ਕੌਰ। ਆਪਾਂ ਭਾਰਤ ਵਾਲੇ ਪਾਸੋਂ ਕਰਤਾਰਪੁਰ ਸਾਹਿਬ ਲਾਂਘੇ ਤੋਂ ਲੰਘ ਕੇ ਆਈ ਹੋਈ ਸੰਗਤ ਜਿਹੜੀ ਕਿ ਚੜ੍ਹਦੇ ਪੰਜਾਬ ਤੋਂ ਲੈਂਦੇ ਪੰਜਾਬ ਸੱਚਖੰਡ ਸ਼੍ਰੀ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਈ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਦਰਸ਼ਨ ਕਰਕੇ ਕੀ ਆਨੰਦ ਮਾਣਿਆ ਅਤੇ ਉਹਨਾਂ ਨੂੰ ਕਿੱਦਾਂ ਲੱਗਿਆ। ਆਪਾਂ ਤਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ, ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਨ ਬੈਰੋਏ। ਇਹ ਸਾਰੀ ਕਰਮਾਂ ਖੇਡਾਂ ਦੀ ਗੱਲ ਹੈ। ਆਓ ਇਹਨਾਂ ਨਾਲ ਵਿਚਾਰ ਸਾਂਝੇ ਕਰਦੇ ਹਾਂ ਅਤੇ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾਰਪੁਰ ਕਰਤਾ ਵਸਾ ਸੰਤਨ ਕਾ ਪਾਸ, ਜਿੱਥੇ ਬਾਬਾ ਪੈਰ ਤਰੇ ਪੂਜਾ ਆਸਨ ਥਾਪਣ ਸੁਹਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ, ਰਾਮ ਰਾਜੇ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਜਗਤ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਸਤਿਗੁਰੂ ਪਾਤਸ਼ਾਹ ਜੀ ਵੱਲੋਂ ਵਰਸਾਈ ਹੋਈ ਉਹ ਪਾਵਨ ਧਰਤੀ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਸਰਸ਼ਾਰ ਹੋਈ ਉਹ ਧਰਤੀ, ਸਤਿਗੁਰਾਂ ਦੀ ਯਾਦਗਾਰ ਪਾਵਨ ਅਸਥਾਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ, ਜਿਸ ਦੇ ਦਰਸ਼ਨ ਦਿਦਾਰਿਆਂ ਲਈ ਸਮੁੱਚੀਆਂ ਨਾਨਕ ਨਾਮ ਲੇਵਾ ਸੰਗਤਾਂ, ਹਰ ਉਹ ਹਿਰਦਾ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਘਰ ਦੇ ਨਾਲ ਜੁੜਿਆ, ਉਹ ਹਿਰਦਾ ਜਿਹੜਾ ਪ੍ਰੇਮ ਨਾਲ ਭਰਿਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਿਆ, ਉਹ ਅਰਦਾਸ ਕਰਦਾ ਕਿ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਸਾਡੇ ਉਹ ਪਾਵਨ ਗੁਰਧਾਮ ਜਿਨ੍ਹਾਂ ਤੋਂ ਅਸੀਂ ਵਿਛੜ ਚੁੱਕੇ ਹਾਂ, ਉਹਨਾਂ ਦੇ ਦਰਸ਼ਨ ਦੀਦਾਰ ਬਖਸ਼ੋ। ਇਹ ਹਰ ਸਿੱਖ ਦੀ ਅਰਦਾਸ ਹਰ ਰੋਜ਼ ਹੋਇਆ ਕਰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸੁਣੀ ਅਰਦਾਸ, ਸੁਆਮੀ ਮੇਰਾ ਸਰਬ ਕਲਾ ਬਣਿਆ ਆਈ, ਉਹ ਅਰਦਾਸ ਸੰਗਤ ਦੀ ਦਰ 'ਤੇ ਪ੍ਰਵਾਨ ਹੋਈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਮਹਿਰਾਮਤ ਕੀਤੀ, ਔਰ ਉਹ ਅਰਦਾਸ ਦਾ ਜ਼ਰੀਆ ਇਹ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਹੈ ਸਾਨੂੰ ਖੁੱਲ੍ਹਿਆ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ। ਅੱਜ ਪਹਿਲੀ ਵਾਰੀ ਇਸ ਪਾਵਨ ਧਰਤੀ, ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਆ ਕਰਕੇ ਸੱਚ ਜਾਣਿਓ ਕਿ ਵਾਪਸ ਜਾਣ ਨੂੰ ਮਨ ਨਹੀਂ ਕਰ ਰਿਹਾ। ਸੱਚਖੰਡ ਬੜਾ ਆਨੰਦ ਵਰਤ ਰਿਹਾ ਸੀ, ਚਿਮ ਚਿਮ ਵਰਸਾ, ਅੰਮ੍ਰਿਤ ਧਾਰਾ ਵਾਲੀ ਬਾਣੀ ਦੀ ਵਰਖਾ ਹੋ ਰਹੀ ਸੀ, ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰ ਰਿਹਾ, ਪਰ ਦੋਹਾਂ ਦੇਸ਼ਾਂ ਦੀਆਂ ਜੋ ਨਿਯਮ ਨੇ ਉਹਨਾਂ ਦੇ ਮੁਤਾਬਕ ਸਾਨੂੰ ਇੱਥੋਂ ਅੱਜ ਜਿਹੜਾ ਉਹ ਵਾਪਸ ਜਾਣਾ ਪੈ ਰਿਹਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿੱਥੇ ਪਟਿਆਲਾ ਸ਼ਹਿਰ ਤੋਂ ਸੰਗਤ ਆਈ, ਉੱਥੇ ਪਾਣੀਪਤ ਸਰਾਣਾ ਸਾਹਿਬ ਤੋਂ, ਖਾਲਸਾ ਜੀ ਦਵਿੰਦਰ ਸਿੰਘ ਜੀ ਮਹਾਂਪੁਰਸ਼ਾਂ ਦੇ ਸਥਾਨ ਤੋਂ ਜਥਾ ਲੈ ਕੇ ਪਹੁੰਚੇ, ਪਟਿਆਲੇ ਤੋਂ ਵੱਡੀ ਗਿਣਤੀ ਵਿੱਚ ਸੰਗਤ, ਮੋਹਾਲੀ ਤੋਂ, ਹੋਰ ਵੱਖ ਵੱਖ ਦੇਸ਼ਾਂ ਸ਼ਹਿਰਾਂ ਤੋਂ ਸੰਗਤ ਜਿਹੜੀ ਹੈ ਅੱਜ ਲਹਿੰਦੇ ਪੰਜਾਬ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਪਹੁੰਚੀ, ਜਿੱਥੇ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸੰਗਤਾਂ ਨਤਮਸਤਕ ਹੋਈਆਂ, ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ, ਜਿੱਥੇ ਇਸ਼ਨਾਨ ਕਰਕੇ ਤਨ ਦੀ ਅਰੋਗਤਾ ਪ੍ਰਾਪਤ ਕੀਤੀ ਹੈ, ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਗੁਰਬਾਣੀ ਨੂੰ ਸੁਣ ਕੇ ਮਨ ਦੀ ਅਰੋਗਤਾ ਵੀ ਪ੍ਰਾਪਤ ਕੀਤੀ ਹੈ। ਸੰਗਤਾਂ ਨੇ ਇਲਾਹੀ ਬਾਣੀ ਦੇ ਕੀਰਤਨ ਕੀਤੇ, ਗੁਰਮਤ ਵਿਚਾਰਾਂ ਹੋਈਆਂ, ਦਾਸ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ ਕਿਰਪਾ ਕੀਤੀ, ਅਰਦਾਸ ਦੀ ਹਾਜ਼ਰੀ, ਸ਼੍ਰੀ ਮੁਖਵਾਕ ਦੀ ਹਾਜ਼ਰੀ ਅਤੇ ਕੁਝ ਗੁਰਮਤ ਵਿਚਾਰਾਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸ਼ੁਕਰਾਨਾ ਹੈ ਸਤਿਗੁਰੂ ਪਾਤਸ਼ਾਹ ਜੀ ਦਾ। ਔਰ ਸਤਿਗੁਰੂ ਪਾਤਸ਼ਾਹ ਜੀ ਦੇ ਲੰਗਰਾਂ ਦੇ ਵਿੱਚ ਜਿੱਥੇ ਸਤਿਗੁਰ ਪਾਤਸ਼ਾਹ ਜੀ ਨੇ ਇੱਥੋਂ ਸਿਧਾਂਤ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹ ਕਿਰਤ ਕਰਨ ਦਾ ਜਿਹੜਾ ਉਪਦੇਸ਼ ਸੀ ਉਹ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਆਪ ਕਮਾਇਆ ਅਤੇ ਸਾਨੂੰ ਕਮਾਉਣ ਦੀ ਜਿਹੜੀ ਆ ਉਹ ਤਾਕੀਦ ਕੀਤੀ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਖੇਤੀ ਕੀਤੀ, ਉਸ ਖੇਤਾਂ ਦੇ ਵਿੱਚੋਂ ਅੱਜ ਇੱਥੇ ਗੁਰੂ ਨਾਨਕ ਦੇ ਘਰ ਦੇ ਵਿੱਚ ਲੰਗਰ ਛਕਿਆ। ਸੱਚ ਜਾਣਿਓ
ਅੰਮ੍ਰਿਤ ਵਰਗਾ ਉਹ ਸਵਾਦ ਸੀ। ਲੰਗਰ ਛਕ ਕੇ ਹਿਰਦਾ ਜਿਹੜਾ ਸੀ ਅਤਿ ਪ੍ਰਸੰਨ ਹੋਇਆ, ਅੰਮ੍ਰਿਤ ਵਰਗਾ ਸਵਾਦ ਉਹਦੇ ਵਿੱਚੋਂ ਪ੍ਰਾਪਤ ਹੋਇਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਯਾਦ ਹਿਰਦੇ ਵਿੱਚ ਵਸੀ ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਰਹਿਮਤਾਂ ਹਨ। ਇਹ ਇੱਥੋਂ ਦੇ ਜਿਹੜੇ ਸਟਾਫ ਹੈ, ਸਮੁੱਚੇ ਪ੍ਰਬੰਧਕ ਜਨ ਹਨ, ਉਹਨਾਂ ਵੱਲੋਂ ਬਹੁਤ ਮਾਣ ਪਿਆਰ ਮਿਲਿਆ। ਔਰ ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਸਾਡੇ ਵੀਰ ਨੇ, ਸਾਡੇ ਕਿਉਂਕਿ ਸਾਡੇ ਪੁਰਖੇ ਇੱਥੇ ਰਹੇ, ਸਾਡੀ ਜਿਹੜੀ ਸਾਂਝ ਸੀ ਅੱਜ ਵੀ ਉਹ ਸਾਂਝ ਬਰਕਰਾਰ ਹੈ। ਮੈਂ ਪਿੱਛੇ ਬੈਠਾ ਸੀ ਅਤੇ ਵੀਰ ਇੱਥੋਂ ਦੇ ਭਾਅ ਜੀ ਸਾਡੇ ਨਾਲ ਗੱਲ ਕਰ ਰਹੇ ਸੀ ਕਿ ਤੁਹਾਨੂੰ ਇਹ ਲਹਿੰਦੇ ਪੰਜਾਬ ਵਿੱਚ ਆ ਕੇ ਕਿਵੇਂ ਮਹਿਸੂਸ ਹੋ ਰਿਹਾ, ਕਿਵੇਂ ਲੱਗ ਰਿਹਾ। ਮੈਂ ਕਿਹਾ ਸਾਨੂੰ ਇਉਂ ਲੱਗ ਰਿਹਾ ਅਸੀਂ ਆਪਣੇ ਘਰ ਵਿੱਚ ਬੈਠੇ ਹਾਂ, ਆਪਣੀ ਪੰਜਾਬ ਦੀ ਧਰਤੀ 'ਤੇ ਬੈਠੇ ਹਾਂ, ਆਪਣੀ ਬੋਲੀ ਵਾਲੇ ਲੋਕਾਂ ਨਾਲ ਗੱਲਬਾਤ ਕਰਕੇ ਸਾਨੂੰ ਜਿਹੜਾ ਬੜਾ ਆਨੰਦ ਅਤੇ ਸਕੂਨ ਪ੍ਰਾਪਤ ਹੋਇਆ। ਸਾਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਇੱਕ ਦੇਸ਼ ਨੂੰ ਛੱਡ ਕੇ ਭਾਰਤ ਤੋਂ ਜਾਂ ਪਾਕਿਸਤਾਨ ਵਿੱਚ ਆਏ ਹਾਂ। ਸਾਨੂੰ ਇਉਂ ਲੱਗ ਰਿਹਾ ਸੀ ਕਿ ਇਹ ਅਸੀਂ ਆਪਣੇ ਵੱਡੇ ਘਰ ਵਿੱਚ ਆਏ ਹਾਂ, ਕਿਉਂਕਿ ਲਹਿੰਦਾ ਅਤੇ ਚੜ੍ਹਦਾ ਜਿਹੜਾ ਪੰਜਾਬ ਹੈ ਨਾਲ ਮਿਲਦੇ ਨੇ, ਸਿਰਫ ਜਿਹੜੇ ਆ ਬਾਰਡਰ ਦਾ ਵਿੱਚ ਹੋਣ ਕਰਕੇ। ਨਹੀਂ ਤਾਂ ਸੱਚ ਜਾਣਿਓ ਕਿ ਇਉਂ ਹੈ ਕਿ ਸਾਡਾ ਵਿਸ਼ਾਲ ਜਿਹੜਾ ਏਰੀਆ, ਸਾਡਾ ਵਿਸ਼ਾਲ ਘਰ, ਸਾਡਾ ਵਿਸ਼ਾਲ ਭਾਈਚਾਰਾ, ਸਾਡੀ ਭਾਈਚਾਰਕ ਸਾਂਝ, ਸਾਡੀ ਅਪਣੱਤ, ਸਾਡਾ ਪਿਆਰ, ਉਹ ਇੱਥੇ ਆ ਕੇ ਜੋ ਮਾਣਿਆ ਉਹਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਬਾਕੀ ਵੀ ਜਿੰਨੇ ਗੁਰਧਾਮ ਨੇ, ਨਨਕਾਣਾ ਸਾਹਿਬ ਹੋਰ, ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਚੱਪਾ ਚੱਪਾ ਜਿਹੜੀ ਧਰਤੀ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਹੈ, ਸਰਸ਼ਾਰ ਹੋਈ ਹੋਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਅਸਥਾਨ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਜਨਮ ਸਥਾਨ ਹੈ, ਹੋਰ ਸਾਡੇ ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਸੱਚ ਜਾਣੇ ਉਹਨਾਂ ਗੁਰਧਾਮਾਂ ਲਈ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਇਸੇ ਤਰ੍ਹਾਂ ਕਿਰਪਾ ਕਰ ਦਿਓ, ਕਰਤਾਰਪੁਰ ਸਾਹਿਬ ਦੇ ਜਿਵੇਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਨੇ, ਉਸੇ ਤਰ੍ਹਾਂ ਸਾਨੂੰ ਸਾਰੀਆਂ ਸੰਗਤਾਂ ਨੂੰ ਇਹ ਵੀ ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਜਿੱਥੇ ਪਾਵਨ ਅਸਥਾਨਾਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰੀਏ, ਉੱਥੇ ਆਪਣੇ ਭਾਈਚਾਰੇ ਨੂੰ ਵੀ ਮਿਲ ਕੇ ਜਿਹੜਾ ਸਾਨੂੰ ਇਸੇ ਤਰ੍ਹਾਂ ਪਿਆਰ ਅਤੇ ਇਹਨਾਂ ਦਾ ਜਿਹੜਾ ਹੈ ਮਾਣ ਸਾਡੇ ਵੱਲੋਂ ਉਹ ਸਾਨੂੰ ਮਿਲਦਾ ਰਹੇ ਅਤੇ ਉਹਨੂੰ ਮਾਣ ਸਕੀਏ। ਗੁਰੂ ਸਾਹਿਬ ਸਭਨਾਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਆਪ ਜੀ ਆਉਣ ਵਾਲੀ ਸੰਗਤ ਵਾਸਤੇ ਕੁਛ ਮੈਸੇਜ ਦੇਣਾ ਚਾਹੋਗੇ ਜਿਹੜੇ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਜਾਂ ਆਉਣਾ ਚਾਹੁੰਦੇ ਹਨ? ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਵੱਧ ਚੜ੍ਹ ਕੇ ਸੰਗਤਾਂ, ਜਿਨ੍ਹਾਂ ਨੇ ਅਜੇ ਤੱਕ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਜਦੋਂ ਵੀ ਆਈਏ ਹਿਰਦੇ ਅੰਦਰ ਪ੍ਰੇਮ ਲੈ ਕੇ, ਭਾਵਨਾ ਲੈ ਕੇ, ਪਿਆਰ ਲੈ ਕੇ ਇਸ ਧਰਤੀ 'ਤੇ ਆਈਏ ਅਤੇ ਸਤਿਗੁਰੂ ਜੀ ਦੀਆਂ ਰਹਿਮਤਾਂ ਨਾਲ ਝੋਲੀਆਂ ਭਰ ਕੇ ਲੈ ਜਾਈਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜੋ ਸਿਧਾਂਤ ਹੈ, ਜੋ ਸਿੱਖਿਆਵਾਂ ਨੇ, ਉਹਨੂੰ ਇੱਥੋਂ ਆ ਕੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਇਹ ਸਮੂਹ ਸੰਗਤ ਨੂੰ ਬੇਨਤੀ ਹੈ ਜੀ। ਧੰਨਵਾਦ ਜੀ। ਮਹਾਰਾਜ ਜੀ ਕਰਨ ਉਹ ਵੇਲਾ ਆਵੇ, ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਆਉਣ ਅਤੇ ਦਰਸ਼ਨ ਕਰਕੇ ਵਾਪਸ ਮੁੜ ਕੇ ਜਾਣ। ਇਹ ਉਹ ਪਵਿੱਤਰ ਅਸਥਾਨ ਹੈ ਜੀ, ਜਿਹਦਾ ਇਤਿਹਾਸ ਨਾ ਤਾਂ ਆਪਾਂ ਸੁਣ ਸਕਦੇ ਹਾਂ ਨਾ ਸੁਣਾ ਸਕਦੇ ਹਾਂ, ਕਿਉਂਕਿ ਉਹ ਧਰਤੀਆਂ ਪੂਜਨਯੋਗ ਹੋ ਗਈਆਂ ਜਿੱਥੇ ਮੇਰੇ ਮਹਾਰਾਜ ਜੀ ਨੇ ਇੱਕ ਵਾਰ ਆਪਣੇ ਚਰਨ ਪਾਏ, ਅਤੇ ਉਹਨਾਂ ਦਾ ਇਤਿਹਾਸ ਆਪਾਂ ਕਹਿ ਸੁਣ ਨਹੀਂ ਸਕਦੇ। ਇਹ ਤਾਂ ਉਹ ਪਵਿੱਤਰ ਅਸਥਾਨ ਹੈ ਜਿੱਥੇ ਮੇਰੇ ਗੁਰੂ ਪਾਤਸ਼ਾਹ ਜੀ ਨੇ, ਜਿੱਥੇ ਮੇਰੇ ਪਿਤਾ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਬਤੀਤ ਕੀਤੇ। ਬਹੁਤ ਲੰਬਾ ਸਮਾਂ ਹੁੰਦਾ ਹੈ। ਜੇ ਆਪਾਂ ਇਹ ਗੱਲ ਕਹੀਏ ਕਿ ਇਸ ਧਰਤੀ ਦੇ ਕੰਨ ਕੰਨ ਵਿੱਚ ਮੇਰੇ ਮਹਾਰਾਜ ਜੀ ਦਾ ਨਿਵਾਸ ਹੈ ਤਾਂ ਗਲਤ ਨਹੀਂ ਹੋਵੇਗਾ। ਗੁਰੂ ਪਾਤਸ਼ਾਹ ਜੀ ਨੇ ਜਿਹੜੀ ਸੰਗਤਾਂ ਨਾਲ ਆਪਾਂ ਵਿਚਾਰ ਸਾਂਝੇ ਕੀਤੇ, ਇਹ ਵਾਕਈ ਰੱਬੀ ਰੂਹਾਂ ਹਨ। ਇਹ ਵਾਕਈ ਮਹਾਰਾਜ ਜੀ ਦਾ ਇਹਨਾਂ ਦੇ ਵਿੱਚ ਨਿਵਾਸ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਨੇ, ਉਹਨਾਂ ਦੀ ਜੋਤ ਹਰ ਇੱਕ ਮਨੁੱਖ ਦੇ ਵਿੱਚ ਵਸਦੀ ਹੈ ਅਤੇ ਔਰ ਹਰ ਇੱਕ ਮਨੁੱਖ ਦੇ ਵਿੱਚ ਆਪ ਰਹਿੰਦੇ ਹਨ। ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਮਹਾਰਾਜ ਜੀ ਕਰਨ ਹੁੰਦੇ ਰਹਿਣ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਰਹੀਏ ਅਤੇ ਇਹ ਸਮਾਂ
ਕਦੇ ਵੀ ਖੁੰਝੇ ਨਾ ਅਤੇ ਗੁਰੂ ਪਾਤਸ਼ਾਹ ਇਹਨਾਂ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖਣ। ਇਹ ਸਨ ਆਪਣੇ ਭਾਈ ਸਾਹਿਬ ਭਾਈ ਪਰਨਾਮ ਸਿੰਘ ਜੀ ਪਟਿਆਲਾ ਵਾਲੇ, ਜਿਨ੍ਹਾਂ ਨਾਲ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਸੰਗਤ, ਜਿਨ੍ਹਾਂ ਨੇ ਗੁਰੂ ਘਰ ਬੈਠ ਕੇ ਜੋ ਜੋ ਲਾਹਾ ਪ੍ਰਾਪਤ ਕੀਤੇ ਉਹਨਾਂ ਨੂੰ ਇਹਨਾਂ ਦੇ ਸੁਣ ਕੇ ਲਫ਼ਜ਼ ਸਾਨੂੰ ਬਹੁਤ ਹੀ ਆਨੰਦ ਆ ਰਿਹਾ ਸੀ, ਕਿਉਂਕਿ ਇਹਨਾਂ ਨੇ ਇੱਕ ਇੱਕ ਗੱਲ ਉਹ ਦੱਸੀ, ਇੱਕ ਇੱਕ ਉਹ ਗੱਲ ਕੀਤੀ ਜਿਹੜੀ ਬਿਲਕੁਲ ਸੱਤ ਹੈ ਅਤੇ ਮੇਰੇ ਮਹਾਰਾਜ ਜੀ ਦੀ ਬਖਸ਼ੀ ਹੋਈ ਇਹਨਾਂ 'ਤੇ ਬਹੁਤ ਵੱਡੀ ਰਹਿਮਤ ਹੈ। ਗੁਰੂ ਪਾਤਸ਼ਾਹ ਕਰਨ ਇਹਨਾਂ ਕੋਲ ਇੱਦਾਂ ਹੀ ਮਹਾਰਾਜ ਜੀ ਆਪਣੇ ਗੁਰੂ ਘਰਾਂ ਦੀ ਸੇਵਾਵਾਂ ਲੈਂਦੇ ਰਹਿਣ ਅਤੇ ਇਹਨਾਂ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਮਹਾਰਾਜ ਜੀ ਬਖਸ਼ਿਸ਼ ਕਰਨ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਆਪਣੀ ਸੰਗਤ, ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਥੱਲੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ PMU ਦਾ ਜਿਹੜਾ ਆਫਿਸ਼ੀਅਲ ਮੀਡੀਆ ਚੈਨਲ ਹੈ ਉਸਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਮੇਂ ਤੋਂ ਸਮੇਂ ਪਹੁੰਚਦੀ ਰਹੇ। ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਆਪਾਂ ਮਿਲਦੇ ਹਾਂ ਆਪਣੀ ਇੱਕ ਹੋਰ ਨਵੀਂ ਵੀਡੀਓ ਨਾਲ। ਤਦ ਤੱਕ ਮਹਾਰਾਜ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਬੁਲਾਓ ਫਤਿਹ, ਦੇਹੋ ਅਸੀਸ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।